फुगवाड़ा शहर नूं नशा मुक्त ते क्राइम मुक्त बनाउण विच अपनी अहम भूमिका निभाउण वाले थाना सिटी दे मुख अफसर अमनदीप नाहर दी बदली कपूरथला विखे हो गई है। अमनदीप नाहर दी बदली दी सूचना जिस तरह ही शहर वासियां नूं मिली उसे समय शहर दीआं वख-वख समाज सेवी संस्थावां ते शहर दे पतवंते अमनदीप नाहर नूं विदायगी देण लई थाने विखे इकत्तर हो गए। इस दौरान जिथे वख-वख आगूआं वल्लों अमनदीप नाहर नूं गिफ्ट दे के निघी विदायगी दित्ती गई उत्थे ही वख-वख बुलारिआं ने कहा कि अमनदीप नाहर वर्गे अफसर ने फुगवाड़ा शहर वासियां दे दिलां विच अपनी वक्री ही पहचान बनाई है ते उन्होंने शहर विच एक साल चार महीने की ड्यूटी कर शहर नूं क्राइम मुक्त ते नशा मुक्त बनाउण विच अहम भूमिका निभाई है। उन्होंने परमात्मा अगे अरदास की कि अमनदीप नाहर जल्द ही 3 स्टार लगा के फुगवाड़ा विखे मुड़ तो आउण। मन दुखी है, बस असीं हां कि असीं अखां नहीं भर सकते। इस तरह के अफसर शहर नूं बहुत ही कदी कदी मतलब किस्मत राही मिलदे हुंदे आ। जे असीं कहीए वैसे तो फुगवाड़े शहर से बहुत वधिया वधिया अफसर है जिन्होंने शहर की नुहार बदली है, क्राइम रोकिया, पर अमन सिंह नाहर वर्गे अफसर सही दसा अज बार गड्डिया का काफिला खड़ा है जिहड़ा इन्हां नूं विदायगी देन आ रहा है। तो विदायगी दे के इन्हां जाण नूं मतलब दुखी हिरदे नाल भेजदे, खुशी नहीं कह सकते, बट असीं परमात्मा अगे बेनती ये करते हैं कि इदां दा अफसर दुबारा अज डबल स्टार या ट्रिपल स्टार बन के जल्दी ही फुगवाड़े नूं वापस मिले। मैं प्रशासन नूं, उच्च अधिकारियों नूं, ਲੀਡਰਾਂ ਨੂੰ, ਨੇਤਾਵਾਂ ਨੂੰ, ਮੁੱਖਮੰਤਰੀ ਸਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਸਾਡੇ ਫੁਗਵਾੜ ਨੂੰ ਅਮਨਦੀਪ ਸਿੰਘ ਨਾਹਰ ਵਰਗਾ ਹੀ SHO ਚਾਹੀਦਾ ਅਤੇ ਆਉਣ ਵਾਲੇ ਟਾਈਮ 'ਚ DSP ਵੀ ਸਾਨੂੰ ਇਹੀ ਚਾਹੀਦਾ। ਜੈ ਸ਼੍ਰੀ ਰਾਮ। ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਨਾਹਰ ਸਾਹਿਬ ਦੀ ਬਦਲੀ ਹੋ ਗਈ, ਬੜਾ ਮਨ ਨੂੰ ਧੱਕਾ ਜਿਹਾ ਲੱਗਾ, ਕਿਉਂਕਿ 14 ਮਹੀਨੇ ਕੋਈ ਅਫਸਰ ਕੱਟ ਕੇ ਗਿਆ ਫੁਗਵਾੜੇ 'ਚ। ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਜਾਂ ਨਸ਼ੇ 'ਤੇ ਰੋਕ ਲਾਉਣੀ, ਕ੍ਰਾਈਮ ਨੂੰ ਖਤਮ ਕਰਨਾ, ਬਹੁਤ ਵੱਡੀ ਉਪਲਬਧੀ ਸ਼ਹਿਰ ਨੂੰ ਦਿੱਤੀ ਸੀ। ਪਰ ਅਸੀਂ ਹੁਣ ਚਾਹੁੰਦੇ ਹਾਂ ਵੀ ਇਹਨਾਂ ਦੇ ਅੱਗੇ 2 ਸਟਾਰ ਆ, 3 ਸਟਾਰ ਲਵਾ ਕੇ ਅਸੀਂ ਦੁਬਾਰਾ ਫਿਰ ਅਸੀਂ ਇਹਨਾਂ ਨੂੰ ਇੱਥੇ SHO ਦੀ ਨਿਯੁਕਤੀ ਦੇਖਣਾ ਚਾਹੁੰਦੇ ਹਾਂ। ਅਸੀਂ ਪਰਮਾਤਮਾ ਅਰਦਾਸ ਕਰਦੇ ਜਿੱਥੇ ਵੀ ਇਹ ਜਾਣ, ਕਪੂਰਥਲੇ ਜਾਣ, ਉੱਥੇ ਵੀ ਇਸੇ ਤਰ੍ਹਾਂ ਆਪਣਾ ਨਾਂ ਕਮਾਉਣ ਔਰ ਪਰਮਪਿਤਾ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਮਾਤਾ। ਫੁਗਵਾੜਾ ਵਾਸੀਆਂ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ਥਾਣਾ ਸਿਟੀ ਦੇ SHO ਅਮਨਦੀਪ ਨਾਹਰ ਨੇ ਜਿੱਥੇ ਫੁਗਵਾੜਾ ਪੁਲਿਸ ਨੂੰ ਸਹਿਯੋਗ ਕਰਨ ਲਈ ਸਮੂਹ ਫੁਗਵਾੜਾ ਵਾਸੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੇ ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ। ਉਹਨਾਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਉਹਨਾਂ ਨੂੰ ਦਿੱਤੇ ਪਿਆਰ ਲਈ ਧੰਨਵਾਦ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ SHO ਸਿਟੀ ਫੁਗਵਾੜਾ ਤੋਂ SHO ਸਿਟੀ ਕਪੂਰਥਲਾ ਟ੍ਰਾਂਸਫਰ ਹੋ ਗਈ ਆ, ਅਤੇ ਮੈਂ ਜੋ 1 ਸਾਲ 4 ਮਹੀਨੇ ਦਾ ਇੱਥੇ ਅਰਸਾ ਕੱਢਿਆ ਆ, ਬਹੁਤ ਵਧੀਆ ਅਰਸਾ ਰਿਹਾ ਹੈ। ਇੱਥੇ ਪਬਲਿਕ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਆ, ਅਤੇ ਅਸੀਂ ਵੱਧ ਤੋਂ ਵੱਧ ਜੋ ਕ੍ਰਾਈਮ ਨੂੰ ਇੱਥੋਂ ਡਿਟੈਕਟ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਸ਼ਹਿਰ ਵਾਸੀਆਂ ਵੱਲੋਂ ਵੀ ਸਾਨੂੰ ਇਸ ਵਿੱਚ ਬਹੁਤ ਸਾਰਾ ਸਹਿਯੋਗ ਮਿਲਿਆ। ਅਤੇ ਮੈਂ ਇਹੀ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਹੁਣ ਪੀਸਫੁੱਲੀ ਮਾਹੌਲ ਸ਼ਹਿਰ ਦਾ ਬਣਿਆ ਸੀ, ਇਸ ਤਰ੍ਹਾਂ ਹੀ ਮਾਹੌਲ ਬਣਾਈ ਰੱਖਣਾ ਪੀਸਫੁੱਲੀ। ਅਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਥੈਂਕ ਯੂ।